ਹਾਂਜੀ ਕਿਸਾਨ ਵੀਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਅਤੇ ਇਸ ਵੀਡੀਓ 'ਚ ਤੁਹਾਡੇ ਨਾਲ ਇੱਕ ਸੂਚਨਾ, ਇੱਕ ਜਾਣਕਾਰੀ, ਚੰਗੀ ਜਾਣਕਾਰੀ, ਚੰਗੀ ਸੂਚਨਾ ਜਿਹੜੀ ਹੈਗੀ ਹੈ ਸਾਂਝੀ ਕਰਨੀ ਆ। ਇੱਕ ਬਹੁਤ ਵਧੀਆ ਜਿਹੜੀ ਹੈਗੀ ਹੈ ਟੈਕਨੀਕ PAU ਲੁਧਿਆਣਾ ਵੱਲੋਂ ਡਿਵੈਲਪ ਕੀਤੀ ਗਈ ਹੈ, ਬਾਇਓ ਕੰਟਰੋਲ ਏਜੰਟ। ਬਾਸਮਤੀ ਦੀ ਫਸਲ 'ਚ ਝੰਡਾ ਰੋਗ, ਮੁੱਢਾਂ ਦਾ ਗਲਣਾ ਜਿਹੜਾ ਰੋਗ ਸੀਗਾ, ਉਹਦੀ ਰੋਕਥਾਮ ਵਾਸਤੇ, ਕਿਉਂਕਿ ਪਹਿਲਾਂ ਕੀ ਸੀਗਾ ਕਿ ਆਪਾਂ ਬੀਜ ਸੋਧ ਅਤੇ ਉਦੋਂ ਬਾਅਦ ਜੜ੍ਹਾਂ ਦੀ ਸੋਧ, ਇਹੀ ਆਪਣੇ ਕੋਲ ਆਪਸ਼ਨ ਸੀਗੀ। ਜਦੋਂ ਆਪਾਂ ਖੇਤ 'ਚ ਫਸਲ ਲਾਤੀ, ਪਨੀਰੀ ਪੁੱਟ ਕੇ ਬਾਸਮਤੀ ਦੀ ਲਾਤੀ, ਜੇ ਉਦੋਂ ਬਾਅਦ ਰੋਗ ਆਉਂਦਾ ਸੀ ਤਾਂ ਉਹਨੂੰ ਕੰਟਰੋਲ ਕਰਨਾ ਮੁਸ਼ਕਲ ਸੀ, ਉਹਦਾ ਕੋਈ ਪੱਕਾ ਹੱਲ ਨਹੀਂ ਸੀ, ਪੱਕੀ ਰਿਕਮੈਂਡੇਸ਼ਨ ਨਹੀਂ ਸੀ। ਅਤੇ ਉਹਦੇ ਵਿੱਚ ਫਿਰ ਕਿਸਾਨ ਵੀਰਾਂ ਨੂੰ ਕੀ ਸੀਗਾ ਕਿ ਕਦੇ ਆਪਾਂ ਕੋਈ ਉੱਲੀਨਾਸ਼ਕ ਪਾ ਲਿਆ, ਕਦੇ ਆਪਾਂ ਟ੍ਰਾਈਕੋਡਰਮਾ ਦੀ ਕੋਈ ਸਪੀਸੀਜ਼ ਪਾਲੀ, ਅਤੇ ਉਹਦੇ ਨਾਲ ਵੀ ਕਈ ਵਾਰ ਕੰਟਰੋਲ ਨਹੀਂ ਹੁੰਦਾ ਸੀਗਾ। ਅਤੇ ਹੁਣ ਜਿਹੜਾ ਹੈਗਾ PAU ਲੁਧਿਆਣਾ ਵੱਲੋਂ ਇੱਕ ਬਾਇਓ ਕੰਟਰੋਲ ਏਜੰਟ ਟ੍ਰਾਈਕੋਡਰਮਾ ਐਸਪੈਰੇਲਮ 2% WP ਇਹ ਡਿਵੈਲਪ ਕੀਤਾ ਗਿਆ, ਜਿਹੜਾ ਕਿ ਸੈਂਟਰਲ ਇਨਸੈਕਟੀਸਾਈਡ ਬੋਰਡ ਅਤੇ ਰਜਿਸਟ੍ਰੇਸ਼ਨ ਕਮੇਟੀ ਵੱਲੋਂ ਆਪਦੀ 455ਵੀਂ ਜਿਹੜੀ ਮੀਟਿੰਗ 'ਚ ਉਹਨੂੰ ਰਜਿਸਟਰ ਕਰ ਲਿਆ, ਦਰਜ ਕਰ ਲਿਆ ਗਿਆ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਪਸਾਰ ਕੀਤਾ ਜਾਊ, ਇਹਦੀ ਜਿਵੇਂ ਪ੍ਰੋਡਕਸ਼ਨ ਪੈਦਾ ਜਿਹੜੀ ਵਧਾਈ ਜਾਂਦੀ ਹੈ, ਜਾਂ PAU ਲੁਧਿਆਣਾ ਵੱਲੋਂ ਇਹਦੀ ਵਰਤੋਂ ਬਾਰੇ ਜਿਹੜੀ ਜਾਣਕਾਰੀ ਸਾਂਝੀ ਕਰੀ ਕੀਤੀ ਜਾਊ, ਤਾਂ ਉਹ ਅਪਡੇਟ ਤੁਹਾਨੂੰ ਨਾਲ ਦੀ ਨਾਲ ਮੈਂ ਜਿਹੜੀ ਸਾਂਝੀ ਕਰੂੰਗਾ ਕਿ ਇਹਦੀ ਆਪਾਂ ਕਿਸ ਤਰ੍ਹਾਂ ਜਿਹੜਾ ਕੰਟਰੋਲ ਕਰ ਸਕਦੇ ਹਾਂ, ਇਹਦੇ ਕੀ ਟੈਕਨੀਕ ਹੈ, ਕੋਈ ਬੀਜ ਸੋਧ ਦੀ ਤਕਨੀਕ ਆ, ਜਾਂ ਕੋਈ ਪਨੀਰੀ ਦੀ ਆ, ਜਾਂ ਕੋਈ ਖੜ੍ਹੀ ਫਸਲ ਦੇ ਵਿੱਚ ਆ, ਕਿ ਇਹਦਾ ਆਪਾਂ ਪੂਰੇ ਦਾ ਪੂਰਾ ਜਿਹੜਾ ਹੈਗਾ ਕੰਟਰੋਲ ਕਰ ਸਕੀਏ। ਕਿਉਂਕਿ ਇਹਦੇ ਨਾਲ ਝਾੜ 'ਤੇ ਕਾਫੀ ਅਸਰ, ਜਿਹੜਾ ਝੰਡਾ ਰੋਗ ਸੀਗਾ ਖਾਸ ਤੌਰ 'ਤੇ, ਜਿਵੇਂ ਕਿ ਆਪਾਂ 1509 ਲਾ ਲਈਏ, 1121 ਲਾ ਲਈਏ, ਹੋਰ ਕਿਸਮਾਂ ਦੇ ਵਿੱਚ ਵੀ ਜਿੱਥੇ ਜਿਹੜੇ ਖੇਤ ਦੇ ਵਿੱਚ ਰੋਗ ਆ ਜਾਂਦਾ, ਫਿਰ ਉਹਨੂੰ ਕੰਟਰੋਲ ਕਰਨਾ ਮੁਸ਼ਕਲ ਹੁੰਦਾ, ਅਤੇ ਝਾੜ 'ਤੇ ਬਹੁਤ ਅਸਰ ਪਾਉਂਦਾ ਸੀਗਾ। ਅਤੇ ਹੁਣ ਜਿਹੜਾ ਇਹ PAU ਲੁਧਿਆਣਾ ਵੱਲੋਂ ਤਕਨੀਕ ਵਿਕਸਿਤ ਕੀਤੀ ਗਈ ਆ ਬਾਇਓ ਕੰਟਰੋਲ ਏਜੰਟ, ਪਹਿਲਾਂ ਨਾਲੇ ਤਾਂ ਇਹ ਜਿਹੜਾ ਹੈਗਾ ਵਾਤਾਵਰਨ ਪੱਖੀ ਆ, ਮਤਲਬ ਕੋਈ ਕੈਮੀਕਲ ਨਹੀਂ ਹੈਗਾ, ਬਾਇਓ ਕੰਟਰੋਲ ਏਜੰਟ ਆ, ਅਤੇ ਕਿਸੇ ਕਿਸਮ ਦਾ ਕੋਈ ਮਾੜਾ ਪ੍ਰਭਾਵ ਨਹੀਂ ਗਾ, ਅਤੇ ਫਸਲ ਦੀ ਕੁਆਲਿਟੀ 'ਤੇ ਵੀ ਕੋਈ ਨੁਕਸਾਨ ਨਹੀਂ ਹੈਗਾ। ਟ੍ਰਾਈਕੋਡਰਮਾ ਐਸਪੈਰੇਲਮ 2% WP, ਅਤੇ ਇਹ ਅੱਜ ਹੀ ਜਿਹੜੀ PAU ਲੁਧਿਆਣਾ ਵੱਲੋਂ ਇਹਦੀ ਬਾਬਤ ਜਾਣਕਾਰੀ ਸਾਂਝੀ ਕੀਤੀ ਗਈ ਸੀ 3 ਮਈ, ਅਤੇ ਅੱਜ ਹੀ ਮੈਂ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕਰਨ ਦੇ ਵਿੱਚ ਖੁਸ਼ੀ ਮਹਿਸੂਸ ਕਰ ਰਿਹਾ, ਕਿਉਂਕਿ ਆਪਾਂ ਨੂੰ ਇਹ ਹੁੰਦਾ ਕਿ ਜਿਹੜਾ ਫਸਲ ਦੇ ਵਿੱਚ ਆਪਾਂ ਨੂੰ ਪ੍ਰੋਪਰ ਪੱਕਾ ਹੱਲ, ਕਿਸੇ ਵੀ ਕੋਈ ਸਮੱਸਿਆ ਹੈਗੀ ਆ, ਕੋਈ ਉੱਲੀ ਰੋਗ ਆ, ਕੋਈ ਕੀੜਾ ਮਕੌੜਾ, ਅਤੇ ਕਿਸਾਨ ਵੀਰਾਂ ਨੂੰ ਜੇ ਹੱਲ ਉਹਦਾ ਪ੍ਰੋਪਰ ਮਿਲਦਾ ਤਾਂ ਆਪਾਂ ਉਹਦਾ ਜਿਹੜਾ ਚੰਗਾ ਝਾੜ ਲੈ ਸਕਦੇ ਹਾਂ। ਦੂਸਰੀ ਗੱਲ ਇਹ ਹੈ ਕਿ ਆਪਾਂ ਇਹਦੇ ਬਾਬਤ ਜੋ ਵੀ ਜਾਣਕਾਰੀ ਹੋ ਕੇ ਸ਼ੇਅਰ ਕਰ ਦਿਆਂਗੇ, ਕੋਸ਼ਿਸ਼ ਇਹ ਕਰਨੀ ਕਿ ਜਿਹੜੇ ਬੀਜ ਆਪਾਂ ਲੈਣਾ ਨਾ, ਬੀਜ ਚੰਗੀ ਕੁਆਲਿਟੀ ਦਾ, ਬੀਜ ਦੀ ਸੋਧ, ਬੀਜ ਕਈ ਵਾਰ ਕੀ ਹੁੰਦਾ ਕਿ ਆਪਾਂ ਬਿਮਾਰੀ ਵਾਲੀ ਜਗ੍ਹਾ ਤੋਂ ਰੱਖਿਆ ਹੁੰਦਾ, ਜਾਂ ਆਪਾਂ ਨੂੰ ਕੋਈ ਬੀਜ ਆਪਾਂ ਪੱਕੇ ਬਿੱਲ 'ਤੇ ਨਹੀਂ ਲੈਂਦੇ, ਤੁਰਦੇ ਫਿਰਦੇ ਕਿਸੇ ਸੋਰਸ ਤੋਂ ਲੈ ਲੈਂਦੇ, ਉਹ ਵੀ ਬੀਜ ਜਿਹੜਾ ਮਾੜੀ ਕੁਆਲਿਟੀ ਦਾ ਹੁੰਦਾ। ਬੀਜ ਦਾ ਸੋਰਸ ਆ ਜਿਹੜਾ ਤੁਹਾਡਾ ਸਰਟੀਫਾਈਡ ਵਧੀਆ ਪੱਕੇ ਬਿੱਲ 'ਤੇ ਬੀਜ ਲੈਣਾ, ਜੇ ਬਾਹਰੋਂ ਖਰੀਦਣਾ ਤਾਂ ਜੇ ਤੁਹਾਡਾ ਆਪਦਾ ਰੱਖਿਆ ਹੋਇਆ ਤਾਂ ਉਹਨੂੰ ਵੀ ਆਪਾਂ ਉਹਦੀ ਜਰਮੀਨੇਸ਼ਨ ਚੈੱਕ ਕਰਕੇ ਅਤੇ ਉਦੋਂ ਬਾਅਦ ਉਹਨੂੰ ਪ੍ਰੋਪਰ ਟ੍ਰੀਟਮੈਂਟ ਦੇ ਕੇ ਆਪਾਂ ਉਹਨਾਂ ਦੇ ਸਮੇਂ ਜਿਹੜੀਆਂ ਜਾਣਕਾਰੀਆਂ ਦੀ ਬਾਬਤ ਵੀ ਸਾਂਝੀਆਂ ਕਰਦੇ ਰਹਾਂਗੇ। ਤਾਂ ਮੇਰਾ ਮੇਨ ਮਕਸਦ ਇਹੀ ਸੀਗਾ ਕਿ ਤੁਹਾਡੇ ਇਹ ਥੋੜ੍ਹਾ ਜਿਹਾ ਜਿਹਨ ਦੇ ਵਿੱਚ ਹੋਵੇ ਕਿ ਇਸ ਤਰ੍ਹਾਂ ਦੀ ਕੋਈ ਤਕਨੀਕ ਹੈਗੀ, ਜਿਵੇਂ ਜਿਵੇਂ ਆਉਣ ਵਾਲੇ ਸਮੇਂ 'ਚ ਜਾਣਕਾਰੀ ਕੋਈ ਸਾਂਝੀ ਕੀਤੀ ਜਾਊ PAU ਵੱਲੋਂ, ਅਤੇ ਆਪਾਂ ਨਾਲ ਦੀ ਨਾਲ ਹੀ ਅੱਗੇ ਤੁਹਾਡੇ ਤੱਕ ਜਿਹੜੀ ਪਹੁੰਚਾ ਦਿਆਂਗੇ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਮਿਹਰਬਾਨੀ, ਖੁਸ਼ ਰਹੋ, ਖੁਸ਼ਹਾਲ ਰਹੋ, ਆਬਾਦ ਰਹੋ।